स्वागत है ਤੁਹਾਡਾ ਸਾਰਿਆਂ ਦਾ ਅੱਜ ਪੰਜਾਬੀ ਦੀ ਕਲਾਸ ਦੇ ਵਿੱਚ ਅੱਜ ਅਸੀਂ ਕਰਨ ਜਾ ਰਹੇ ਹਾਂ ਵਿਆਕਰਨ ਦਾ ਵਿਸ਼ਾ ਸਮਾਸੀ ਸ਼ਬਦ ਸਮਾਸੀ ਸ਼ਬਦ ਸਮਾਸੀ ਸ਼ਬਦ ਸਭ ਤੋਂ ਪਹਿਲਾਂ ਅਸੀਂ ਇਹ ਸਾਡੇ ਵਾਸਤੇ ਜਾਣਨਾ ਜ਼ਰੂਰੀ ਹੈ ਕਿ ਸਮਾਸੀ ਸ਼ਬਦ ਕੀ ਹੁੰਦੇ ਹਨ ਉਸ ਦੇ ਵਾਸਤੇ ਸਭ ਤੋਂ ਪਹਿਲਾਂ ਸ਼ਬਦ ਰਚਨਾ ਤੋਂ ਕੀ ਭਾਵ ਹੈ ਸ਼ਬਦ ਰਚਨਾ ਤੋਂ ਭਾਵ ਹੈ ਵਿਆਕਰਨ ਦੇ ਨਿਯਮਾਂ ਅਨੁਸਾਰ ਸ਼ਬਦਾਂ ਦੀ ਰਚਨਾ ਕਰਨ ਨੂੰ ਹੀ ਸ਼ਬਦ ਰਚਨਾ ਕਿਹਾ ਜਾਂਦਾ ਹੈ ਅਤੇ ਇਸ ਤੋਂ ਸ਼ਬਦਾਂ ਦੀ ਬਣਤਰ ਦਾ ਸਾਨੂੰ ਪਤਾ ਲੱਗਦਾ ਹੈ ਬਣਤਰ ਦੇ ਆਧਾਰ 'ਤੇ ਸ਼ਬਦ ਦੋ ਪ੍ਰਕਾਰ ਦੇ ਹੁੰਦੇ ਹਨ ਮੂਲ ਸ਼ਬਦ ਅਤੇ ਰਚਿਤ ਸ਼ਬਦ ਮੂਲ ਸ਼ਬਦ ਕਿਹੜੇ ਹੁੰਦੇ ਹਨ ਮੂਲ ਸ਼ਬਦ ਉਹ ਹੁੰਦੇ ਹਨ ਜਿਹੜੇ ਆਪਣੇ ਆਪ ਵਿੱਚ ਪੂਰਨ ਹੋਣ ਜਿਨ੍ਹਾਂ ਨੂੰ ਅੱਗੋਂ ਤੋੜਿਆ ਨਾ ਜਾ ਸਕੇ ਜਿਵੇਂ ਪੜ ਖਾ ਆਦਿ ਔਰ ਰਚਿਤ ਸ਼ਬਦ ਕਿਹੜੇ ਹੁੰਦੇ ਹਨ ਜਿਨ੍ਹਾਂ ਦੇ ਨਾਲ ਲਗਾ ਕੇ ਅਸੀਂ ਹੋਰ ਅੱਖਰ ਬਣਾਉਂਦੇ ਹਾਂ ਜਿਵੇਂ ਪੜ੍ਹ ਤੋਂ ਪੜ੍ਹਨਾ ਖਾ ਤੋਂ ਖਾਣਾ ਪੀ ਤੋਂ ਪੀਣਾ ਆਦਿ ਇਸੇ ਤਰ੍ਹਾਂ ਜਿਹੜੇ ਰਚਿਤ ਸ਼ਬਦ ਹਨ ਅੱਗਿਓਂ ਸਾਨੂੰ ਦੋ ਤਰੀਕੇ ਦੇ ਮਿਲਦੇ ਹਨ ਸਮਾਸੀ ਸ਼ਬਦ ਅਤੇ ਉਤਪੰਨ ਸ਼ਬਦ ਸਮਾਸੀ ਸ਼ਬਦ ਕਿਹੜੇ ਹੁੰਦੇ ਹਨ ਸਮਾਸ ਦਾ ਅਰਥ ਹੈ ਜੋੜਨਾ ਜਾਂ ਸੰਖੇਪ ਕਰਨਾ ਭਾਵ ਕਿਸੇ ਚੀਜ਼ ਨੂੰ ਜੋੜਨਾ ਦੋ ਜਾਂ ਦੋ ਤੋਂ ਵੱਧ ਅੱਖਰਾਂ ਨੂੰ ਅਸੀਂ ਜੋੜਦੇ ਹਾਂ ਅਤੇ ਉਸ ਨੂੰ ਸੰਖੇਪ ਕਰਦੇ ਹਾਂ ਅਤੇ ਪਰ ਇਸ ਦੇ ਵਿੱਚ ਕੀ ਹੈ ਕਿ ਇੱਕ ਜੋੜਨੀ ਦੀ ਵਰਤੋਂ ਕੀਤੀ ਜਾਂਦੀ ਹੈ ਜੋੜਨੀ ਸਾਈਨ ਹੁੰਦਾ ਜੋੜਨੀ ਸਾਈਨ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਦੇ ਵਿੱਚ ਅਸੀਂ ਸੰਬੰਧਕ ਅਤੇ ਯੋਜਕ ਦੀ ਵਰਤੋਂ ਨਹੀਂ ਕਰਦੇ ਭਾਵ ਕਿਸੇ ਵੀ ਤਰੀਕੇ ਦਾ ਅਤੇ ਦਾ ਦੇ ਦੀ ਇਸ ਤਰ੍ਹਾਂ ਦਾ ਕੋਈ ਸ਼ਬਦ ਅਸੀਂ ਇਸਤੇਮਾਲ ਨਹੀਂ ਕਰਦੇ ਅਤੇ ਉਤਪੰਨ ਸ਼ਬਦ ਕੀ ਹੁੰਦੇ ਹਨ ਉਤਪੰਨ ਸ਼ਬਦ ਹੁੰਦੇ ਹਨ ਅਗੇਤਰ ਅਤੇ ਪਿਛੇਤਰ ਲਗਾ ਕੇ ਜਿਹੜਾ ਅਸੀਂ ਨਵਾਂ ਸ਼ਬਦ ਬਣਾਉਂਦੇ ਹਾਂ ਉਸਨੂੰ ਉਤਪੰਨ ਸ਼ਬਦ ਕਿਹਾ ਜਾਂਦਾ ਇਸੇ ਤਰ੍ਹਾਂ ਸਾਡੇ ਕੋਲ ਜਿਹੜੇ ਸਮਾਸੀ ਸ਼ਬਦ ਹਨ ਉਹ 6 ਤਰ੍ਹਾਂ ਦੇ ਹਨ ਅਤੇ ਉਹਨਾਂ ਬਾਰੇ ਸਾਡੇ ਵਾਸਤੇ ਜਾਣਕਾਰੀ ਲੈਣੀ ਬਹੁਤ ਜ਼ਰੂਰੀ ਹੈ ਸਭ ਤੋਂ ਪਹਿਲਾਂ ਸਾਡੇ ਕੋਲ ਹੈ ਸਮਾਨ ਅਰਥਕ ਸਮਾਸੀ ਸ਼ਬਦ ਸਮਾਨ ਅਰਥਕ ਸਮਾਸੀ ਸ਼ਬਦ ਸਮਾਨ ਅਰਥਕ ਸਮਾਸੀ ਸ਼ਬਦ ਤੋਂ ਕੀ ਭਾਵ ਹੈ ਸਮਾਨ ਅਰਥਕ ਸਮਾਸੀ ਸ਼ਬਦ ਤੋਂ ਭਾਵ ਇਹ ਹੈ ਕਿ ਜਿਹੜੇ ਸ਼ਬਦ ਦਾ ਮੀਨਿੰਗ ਜਿਹੜੇ ਸ਼ਬਦ ਦਾ ਮੀਨਿੰਗ ਇੱਕੋ ਜਿੱਕਾ ਨਿਕਲੇ ਅਰਥ ਇੱਕੋ ਜਿੱਕਾ ਨਿਕਲੇ ਜਿਵੇਂ ਅਮਨ ਅਤੇ ਚੈਨ ਠੀਕ ਹੈ ਜੀ ਸੰਗੀ ਅਤੇ ਸਾਥੀ ਸੰਗੀ ਅਤੇ ਸਾਥੀ ਦੋਨੋਂ ਕੀ ਹੋ ਗਏ ਮਿੱਤਰ ਦੋਸਤ ਹੋ ਗਏ ਅਮਨ ਅਤੇ ਚੈਨ ਸ਼ਾਂਤੀ ਦੇ ਪ੍ਰਤੀਕ ਹਨ ਇੱਜ਼ਤ ਅਤੇ ਮਾਣ ਜਿੱਥੇ ਸਤਿਕਾਰ ਦੇ ਭਾਵ ਵਰਤੇ ਜਾਂਦੇ ਹਨ ਇਸੇ ਤਰ੍ਹਾਂ ਸਾਡੇ ਕੋਲ ਦੂਜੇ ਨੰਬਰ ਤੇ ਆਉਂਦਾ ਹੈ ਵਿਰੋਧਾਰਥਕ ਸਮਾਸੀ ਸ਼ਬਦ ਵਿਰੋਧਾਰਥਕ ਸਮਾਸੀ ਸ਼ਬਦ ਤੋਂ ਭਾਵ ਹੈ ਉਲਟ ਭਾਵੀ ਸਮਾਸੀ ਸ਼ਬਦ ਭਾਵ ਜਿਨ੍ਹਾਂ ਦੇ ਅਰਥ ਸਾਡੇ ਕੋਲ ਉਲਟ ਨਿਕਲਦੇ ਹਨ ਉਹਨਾਂ ਨੂੰ ਵਿਰੋਧਾਰਥਕ ਸਮਾਸੀ ਸ਼ਬਦ ਕਿਹਾ ਜਾਂਦਾ ਹੈ ਜਿਵੇਂ ਅਮੀਰ ਅਤੇ ਗਰੀਬ ਕਾਲਾ ਅਤੇ ਗੋਰਾ ਉੱਪਰ ਅਤੇ ਨੀਚੇ ਇਸ ਤਰ੍ਹਾਂ ਜਿਹੜੇ ਭਾਵ ਲਏ ਜਾਂਦੇ ਹਨ ਉਹਨਾਂ ਨੂੰ ਵਿਰੋਧਾਰਥਕ ਸਮਾਸੀ ਸ਼ਬਦ ਕਿਹਾ ਜਾਂਦਾ ਹੈ ਨੰਬਰ 3 ਤੇ ਸਾਡੇ ਕੋਲ ਆਉਂਦਾ ਹੈ ਸਾਰਥਕ ਅਤੇ ਨਿਰਾਰਥਕ ਸਮਾਸੀ ਸ਼ਬਦ ਸਾਰਥਕ ਅਤੇ ਨਿਰਾਰਥਕ ਸਮਾਸੀ ਸ਼ਬਦ ਸਾਰਥਕ ਸ਼ਬਦ ਕੀ ਹੁੰਦੇ ਹਨ ਤੁਹਾਨੂੰ ਸਭ ਨੂੰ ਜਿਵੇਂ ਕਿ ਪਤਾ ਹੀ ਹੈ ਕਿ ਸਾਰਥਕ ਸ਼ਬਦ ਉਹ ਹੁੰਦੇ ਹਨ ਜਿਨ੍ਹਾਂ ਦਾ ਕੋਈ ਮੀਨਿੰਗ ਨਹੀਂ ਅਤੇ ਨਿਰਾਰਥਕ ਜਿਨ੍ਹਾਂ ਦਾ ਕੋਈ ਅਰਥ ਨਹੀਂ ਨਿਕਲਦਾ ਜਿਵੇਂ ਸਾਰਥਕ ਸ਼ਬਦ ਦੇ ਵਿੱਚ ਅਸੀਂ ਲੈ ਲੈਂਦੇ ਹਾਂ ਰੋਟੀ ਪਾਣੀ ਜੱਗ ਹੈ ਨਾ ਚਾਹ ਵਗੈਰਾ ਔਰ ਨਿਰਾਰਥਕ ਰੋਟੀ ਰਾਟੀ ਢਾਣੀ ਜੁੱਗ ਠੀਕ ਹੈ ਟੀਹਰ ਇਸ ਤਰ੍ਹਾਂ ਦੇ ਜਿਹੜੇ ਸ਼ਬਦ ਹਨ ਜਿਸ ਤਰ੍ਹਾਂ ਜੱਗ ਜੁੱਗ ਹੁਣ ਜੱਗ ਦਾ ਕੋਈ ਸ਼ਬਦ ਹੋਇਆ ਜੁੱਗ ਦਾ ਕੋਈ ਵੀ ਅਰਥ ਨਹੀਂ ਇਸੇ ਤਰ੍ਹਾਂ ਹਾਂਜੀ ਉਸ ਤੋਂ ਬਾਅਦ ਸਾਡੇ ਕੋਲ ਅਗਲਾ ਹੈ ਵਾਕਾਂਸ਼ਾਂ ਦੇ ਆਧਾਰ 'ਤੇ ਬਣੇ ਸਮਾਸੀ ਸ਼ਬਦ ਵਾਕਾਂਸ਼ਾਂ ਦੇ ਆਧਾਰ 'ਤੇ ਬਣੇ ਸਮਾਸੀ ਸ਼ਬਦ ਕੀ ਹੁੰਦੇ ਹਨ ਜਿਵੇਂ ਅਸਮਾਨ ਦੀ ਬਿਜਲੀ ਠੀਕ ਹੈ ਜੀ ਅਸਮਾਨੀ ਜੋੜਨੀ ਬਿਜਲੀ ਸੇਵਾ ਤੋਂ ਮੁਕਤੀ ਸੇਵਾ ਜੋੜਨੀ ਮੁਕਤੀ ਉਸ ਤੋਂ ਬਾਅਦ ਜਿਵੇਂ ਪੰਜਾਬੀ ਦੇ ਵਿੱਚ ਕਈ ਉਰਦੂ ਫਾਰਸੀ ਭਾਸ਼ਾ ਦੇ ਵੀ ਸ਼ਬਦ ਇਸਤੇਮਾਲ ਹੁੰਦੇ ਹਨ ਤਾਂ ਉਹਨਾਂ ਨੂੰ ਵੀ ਅਸੀਂ ਸਮਾਸੀ ਸ਼ਬਦ ਬਣਾ ਸਕਦੇ ਹਾਂ ਜਿਸ ਤਰ੍ਹਾਂ
पंजाब का शेर, शेरे पंजाब, जंग का मैदान, मैदाने जंग। इस तरह साढ़े को दोहरावे समासी शब्द। दोहरावे समासी शब्द कहड़े हैं? जेडे के जिन्हों का प्रयोग असी बार बार करते हाँ, जिमें उची उची, बार बार, पढ़ पढ़, इस तरह जोड़ा शब्द असं बार बार इस्तेमाल करते हाँ उसनों दोहरावे समासी शब्द कहा जाता है। इस तरह बच्चों तुम्हें देखिए कि साढ़े को छे तरह के समासी शब्द हैं। सब तो पहला तो असी समासी शब्द जो भी बनाना है उस जोड़ने का इस्तेमाल करना है, कोई भी संबंधक या योजक का इस्तेमाल नहीं करना। सब तो पहला समानार्थक समासी शब्द कहड़े होंगे हैं? जिन्हों का इको मीनिंग निकलता। विरोधार्थक, उल्ट भावी, सार्थक ते निरार्थक, जिन्हों का मीनिंग होवे ते निरार्थक जिन्हों का मीनिंग ना हो। वाकांशां के आधार पर जिहड़े थोड़े जिहे लंबे होण ते उन्हां नूं असीं छोटा करके लिख सकते हैं। उर्दू फारसी के जिहड़े शब्द हैं पंजाबी जिन्हों का प्रयोग हुंदा है उन्हां दा समासी शब्द बनाओ। दोहरावे जिन्हों का इस्तेमाल असीं बार बार करते हैं। सो उम्मीद है बच्चों के ये तुहानूं समझ आ गया होएगा। इस वीडियो नूं तुसीं ध्यान नाल देखना और इसनूं अच्छी तरह समझण की कोशिश करो। धन्यवाद।